ਪ੍ਰਭੂ ਦੇ ਜ਼ਿੰਦਾ ਔਰ ਜਲਾਲੀ ਨਾਮ ਦੇ ਵਿੱਚ ਆਪ ਸਭ ਨੂੰ ਜੈ ਮਸੀਹ ਦੀ ਅੱਜ ਦੀ ਸੁਬਾਹ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਤੁਹਾਡੇ ਸ਼ੋਰਟ ਮੈਸੇਜ ਦੇ ਲਈ। ਅਸੀਂ ਪ੍ਰਭੂ ਦੇ ਕਲਾਮ ਦੇ ਵਿੱਚੋਂ ਦੇਖਾਂਗੇ ਕੁਲਸੀਆਂ ਦੀ ਪੱਤਰੀ ਉਸਦਾ 3 ਅਧਿਆਏ ਔਰ ਉਹਦੀ ਪਹਿਲੀਆਂ ਕੁਛ ਆਇਤਾਂ ਨੂੰ ਅਸੀਂ ਦੇਖਾਂਗੇ। ਉੱਥੇ ਪ੍ਰਭੂ ਦਾ ਬਚਨ ਸਾਨੂੰ ਦੱਸਦਾ, ਸੋ ਜੇ ਤੁਸੀਂ ਮਸੀਹ ਦੇ ਨਾਲ ਜਵਾਏ ਗਏ ਤਾਂ ਉਤਾਂਹ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ। ਉਤਾਂਹ ਦੀਆਂ ਗੱਲਾਂ ਉੱਤੇ ਚਿੱਤ ਲਾਓ, ਨਾ ਉਹਨਾਂ ਉੱਤੇ ਜਿਹੜੀਆਂ ਧਰਤੀ ਉੱਪਰ ਹਨ। ਆਮੀਨ। ਤੋ ਇਹਨਾਂ ਵਚਨਾਂ ਦੇ ਵਿੱਚ ਪੌਲੁਸ ਰਸੂਲ ਕਲੂਸੀਆਂ ਦੀ ਪੱਤਰੀ ਨੂੰ ਖਾਸ ਕਰਕੇ ਇਹ ਗੱਲ ਸਮਝਾ ਰਿਹਾ ਹੈ ਕਿ ਅਸੀਂ ਉਤਾਂਹ ਦੀਆਂ ਗੱਲਾਂ ਦੇ ਪਿੱਛੇ ਲੱਗਣਾ ਹੈ ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਵਿਰਾਜਮਾਨ ਹੈ। ਤੋ ਇਹਦਾ ਮਤਲਬ ਉਤਾਂਹ ਦੀਆਂ ਗੱਲਾਂ ਉਹ ਨਹੀਂ ਜਿਹੜੀਆਂ ਦੁਨਿਆਵੀ ਤੌਰ 'ਤੇ ਅਸੀਂ ਸੋਚ ਰਹੇ ਹਾਂ। ਕਈ ਵੇਲੇ ਬਹੁਤ ਵਾਰੀ ਕਈ ਲੋਕ ਬੜਾ ਘਮੰਡ ਕਰਦੇ ਨੇ, ਉੱਚੀਆਂ ਉੱਚੀਆਂ ਗੱਲਾਂ ਕਰਦੇ ਨੇ। ਇਹ ਉਹ ਗੱਲਾਂ ਨਹੀਂ ਆ, ਬਲਕਿ ਇੱਥੇ ਸਵਰਗ ਦੀ ਗੱਲ ਹੋ ਰਹੀ ਹੈ ਕਿ ਸਾਡਾ ਧਿਆਨ ਜਿਹੜਾ ਵਾ ਉਹ ਸਵਰਗ ਦੇ ਵੱਲ ਹੋਣਾ ਚਾਹੀਦਾ। ਦੇਖੋ, ਪ੍ਰਭੂ ਮਸੀਹ ਇਸ ਧਰਤੀ ਦੇ ਉੱਤੇ ਇਸ ਲਈ ਆਏ, ਜਦੋਂ ਪ੍ਰਭੂ ਨੇ ਪ੍ਰਚਾਰ ਸ਼ੁਰੂ ਕੀਤਾ ਤਾਂ ਪ੍ਰਭੂ ਨੇ ਆਖਿਆ, ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ। ਤੋ ਪ੍ਰਭੂ ਦਾ ਪਹਿਲਾ ਸੰਦੇਸ਼ ਇਹੀ ਸੀ ਕਿ ਤੁਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੋ, ਸਵਰਗ ਦਾ ਰਾਜ ਨੇੜੇ ਆ। ਮਤਲਬ ਮਸੀਹ ਦੇ ਆਉਣ ਦਾ ਮੇਨ ਮਕਸਦ ਇਹੀ ਸੀ ਕਿ ਜੋ ਇਨਸਾਨ ਦਾ ਰਿਸ਼ਤਾ ਜਿਹੜਾ ਸੀ ਪਰਮੇਸ਼ੁਰ ਦੇ ਨਾਲ ਟੁੱਟ ਚੁੱਕਾ ਸੀ, ਉਹ ਇਨਸਾਨ ਨੂੰ ਪਰਮੇਸ਼ੁਰ ਦੇ ਨਾਲ ਮਿਲਾਵੇ। ਹੁਣ ਜਦੋਂ ਅਸੀਂ ਆਪਣਾ ਜੀਵਨ ਪਰਮੇਸ਼ੁਰ ਦੇ ਨਾਲ ਸ਼ੁਰੂ ਕਰਦੇ ਹਾਂ ਔਰ ਸਾਡਾ ਨਿਸ਼ਾਨਾ ਸਵਰਗ ਹੈ, ਅਸੀਂ ਮਸੀਹ ਦੇ ਵੱਲ ਵਧਣਾ ਹੈ, ਅਤੇ ਉਹਦੇ ਲਈ ਸਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਿਖਿਆ ਉਤਾਂਹ ਦੀਆਂ ਗੱਲਾਂ ਦੇ ਮਗਰ ਲੱਗੋ। ਪਹਿਲੀ ਗੱਲ ਇਸ ਜਗ੍ਹਾ ਦੇ ਉੱਤੇ ਲਿਖਿਆ ਹੈ ਜਿੱਥੇ ਪ੍ਰਭੂ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਵਿਰਾਜਮਾਨ ਹੈ, ਪਿਤਾ ਦੇ ਸੱਜੇ ਪਾਸੇ ਵਿਰਾਜਮਾਨ ਹੈ। ਦੂਸਰਾ, ਪ੍ਰਭੂ ਮਸੀਹ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਉਹ ਇੱਕ ਜਿਉਂਦੀ ਚਟਾਨ ਹੈ ਔਰ ਅਸੀਂ ਉਸ ਚਟਾਨ ਦੇ ਵੱਲ ਵਧਣਾ ਹੈ। ਦੇਖੋ, ਜਿਹੜਾ ਉੱਪਰ ਨੂੰ ਜਾਣਾ ਨਾ, ਚੜ੍ਹਾਈ ਚੜ੍ਹਨਾ, ਉਹ ਔਖਾ ਵਾ, ਪਰ ਜਿਹੜਾ ਨੀਚੇ ਨੂੰ ਆਉਣਾ ਉਹ ਸੌਖਾ ਹੈ। ਉੱਪਰ ਨੂੰ ਜਾਣ ਦਾ ਮਤਲਬ ਇਹੀ ਹੈ ਕਿ ਆਪਣੇ ਜੀਵਨ ਦੇ ਵੱਲ ਧਿਆਨ ਕਰਨਾ, ਆਪਣੇ ਚਾਲ ਚੱਲਣ ਨੂੰ ਸਹੀ ਰੱਖਣਾ, ਆਪਣੇ ਕਰੈਕਟਰ ਨੂੰ ਸਹੀ ਰੱਖਣਾ, ਆਪਣੇ ਆਪ ਨੂੰ ਪਾਪ ਤੋਂ ਬਚਾ ਕੇ ਰੱਖਣਾ। ਜਿੱਦਾਂ ਅੱਗੇ ਜਾ ਕੇ ਪੌਲੁਸ ਰਸੂਲ ਇਸੇ ਅਧਿਆਇ ਦੇ ਵਿੱਚ ਉਹ ਲਿਖਦਾ ਹੈ ਕਿ ਆਪਣੇ ਅੰਗਾਂ ਨੂੰ ਜੋ ਧਰਤੀ ਦੇ ਉੱਤੇ ਨੇ ਮਾਰ ਸੁੱਟੋ। ਮਤਲਬ ਕਿ ਅਗਰ ਸਾਡੇ ਜੀਵਨ ਵਿੱਚ ਹਰਾਮਕਾਰੀ ਆ, ਗੰਦਮੰਦ ਹੈ, ਕਾਮਨਾਵਾਂ, ਬੁਰੀ ਇੱਛਾ ਵਾ, ਲੋਭ ਆ, ਮੂਰਤੀ ਪੂਜਾ ਹੈ, ਤੋ ਲਿਖਿਆ ਇਹਨਾਂ ਚੀਜ਼ਾਂ ਨੂੰ, ਇਹਨਾਂ ਜਿਹੜੀਆਂ ਗੱਲਾਂ ਨੇ, ਗਲਤ ਗੱਲਾਂ ਨੇ, ਇਹਨਾਂ ਨੂੰ ਧਰਤੀ ਦੇ ਉੱਤੇ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਖਤਮ ਕਰਨਾ। ਹੁਣ ਦੇਖੋ, ਜਦੋਂ ਅਸੀਂ ਕੁਛ ਆਪਣੇ ਜੀਵਨ ਦੇ ਕੁਛ ਗਲਤ ਕੰਮ ਜਿਹੜੇ ਆ ਜਦੋਂ ਅਸੀਂ ਛੱਡਦੇ ਹਾਂ, ਜਦੋਂ ਅਸੀਂ ਆਪਣੇ ਪਾਪਾਂ ਨੂੰ ਛੱਡਦੇ ਹਾਂ, ਆਪਣੀਆਂ ਬਦੀਆਂ ਨੂੰ ਛੱਡਦੇ ਹਾਂ, ਤਾਂ ਉਹਦੇ ਲਈ ਸਾਨੂੰ ਪਰੇਸ਼ਾਨੀ ਹੁੰਦੀ, ਮੁਸ਼ਕਲ ਹੁੰਦੀ। ਜਿਹੜੀਆਂ ਆਦਤਾਂ ਸਾਡੀ ਜ਼ਿੰਦਗੀ ਦੀਆਂ ਗਲਤ ਆਦਤਾਂ ਬਣ ਚੁੱਕੀਆਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਛੱਡਣਾ ਜਿਹੜਾ ਵਾ ਉਹ ਮੁਸ਼ਕਲ ਹੁੰਦਾ। ਬਾਅਦ ਵਿੱਚ ਦੁਬਾਰਾ ਉਸੇ
ਗੁਨਾਹਾਂ ਦੇ ਵਿੱਚ ਉਹਨਾਂ ਬਦੀਆਂ ਦੇ ਵਿੱਚ ਚਲੇ ਜਾਣਾ ਇਹ ਸੌਖਾ ਵਾ। ਮਤਲਬ ਫਿਰ ਅਸੀਂ ਦੁਬਾਰਾ ਉਸੇ ਪਾਪ ਵਿੱਚ ਜਾਂਦੇ ਹਾਂ, ਅਸੀਂ ਉੱਪਰ ਤੋਂ ਨੀਚੇ ਨੂੰ ਆਉਂਦੇ ਹਾਂ। ਨੀਚੇ ਆਉਣਾ ਸੌਖਾ ਵਾ ਪਰ ਉੱਪਰ ਨੂੰ ਜਿਹੜਾ ਜਾਣਾ ਵਾ ਉਹ ਔਖਾ ਵਾ। ਤਾਂ ਇਸ ਲਈ ਪ੍ਰਭੂ ਦਾ ਬਚਨ ਸਾਨੂੰ ਦੱਸਦਾ ਕਿ ਉਤਾਂਹ ਦੀਆਂ ਗੱਲਾਂ ਦੇ ਮਗਰ ਲੱਗੇ ਰਹਿਣਾ। ਪ੍ਰਭੂ ਦੇ ਬਚਨ ਦੇ ਵਿੱਚੋਂ ਮਤੀ ਦੀ ਅੰਜੀਲ ਉਸਦੇ 5 ਅਧਿਆਇ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਖਿਆ ਕਿ ਜਿਹੜਾ ਨਗਰ ਪਹਾੜ ਦੇ ਉੱਤੇ ਵੱਸਦਾ ਹੈ ਉਹ ਗੁੱਜਾ ਨਹੀਂ ਰਹਿ ਸਕਦਾ। ਤੁਹਾਡੇ ਵਿੱਚੋਂ ਕਈ ਜਣੇ ਨੇ ਪਹਾੜ ਚੜ੍ਹਿਆ ਹੋਏਗਾ। ਜਦੋਂ ਅਸੀਂ ਪਹਾੜ ਚੜ੍ਹਦੇ ਹਾਂ ਤਾਂ ਬੜੀ ਚੜ੍ਹਨਾ ਜਿਹੜਾ ਵਾ ਬੜਾ ਮੁਸ਼ਕਿਲ ਹੁੰਦਾ, ਚੜ੍ਹਾਈ ਹੁੰਦੀ ਹੈ, ਪਰ ਉਤਰਨਾ ਜਿਹੜਾ ਵਾ ਉਹ ਸੌਖਾ ਹੁੰਦਾ। ਤੋ ਲਿਖਿਆ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਜਾ ਨਹੀਂ ਰਹਿ ਸਕਦਾ। ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਇਹੀ ਚਾਹੁੰਦੇ ਨੇ ਕਿ ਅਸੀਂ ਉਤਾਂਹ ਨੂੰ ਜਾਈਏ, ਅਸੀਂ ਉੱਪਰ ਨੂੰ ਜਾਈਏ। ਦੇਖੋ ਅਸੀਂ ਸਭਨਾਂ ਨਾਲੋਂ ਉੱਚੇ ਹੋਣਾ ਚਾਹੁੰਦੇ ਹਾਂ। ਪ੍ਰਭੂ ਨੇ ਵਾਅਦਾ ਵੀ ਕੀਤਾ ਹੈ ਆਪਣੇ ਬਚਨ ਦੇ ਵਿੱਚ ਕਿ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਤੋਂ ਉੱਚਾ ਕਰਾਂਗਾ, ਮੈਂ ਤੁਹਾਨੂੰ ਬੜੀ ਬਰਕਤ ਦਿਆਂਗਾ, ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਇਹ ਪ੍ਰਭੂ ਦੇ ਬਚਨ ਦੇ ਵਿੱਚ ਲਿਖਿਆ ਹੋਇਆ। ਪਰ ਕੀ ਅਸੀਂ ਉੱਪਰ ਜਾਣ ਦੇ ਲਈ, ਪਰਮੇਸ਼ੁਰ ਦੇ ਕੋਲੋਂ ਬਰਕਤ ਲੈਣ ਦੇ ਲਈ, ਚਾਹੇ ਇਹ ਦੁਨਿਆਵੀ ਤੌਰ 'ਤੇ ਆ ਚਾਹੇ ਆਤਮਿਕ ਤੌਰ 'ਤੇ ਆ, ਅਤੇ ਅਸੀਂ ਹਰ ਪਰੇਸ਼ਾਨੀ ਹਰ ਮੁਸ਼ਕਲ ਨੂੰ ਸਹਿਣ ਦੇ ਲਈ ਤਿਆਰ ਹਾਂ? ਬਹੁਤ ਵਾਰੀ ਜਦੋਂ ਅਸੀਂ ਮਸੀਹ ਦੇ ਵਿੱਚ ਆਉਂਦੇ ਹਾਂ, ਬਹੁਤ ਵਾਰੀ ਕਈ ਲੋਕ ਜਿਹੜੇ ਬਿਲਕੁਲ ਪ੍ਰਭੂ ਨੂੰ ਜਾਣਦੇ ਨੇ, ਗੈਰ ਜਾਤੀ ਦੇ ਵਿੱਚ ਪ੍ਰਭੂ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਜਿਹੜੇ ਆਪਣੇ ਆਪ ਨੂੰ ਕ੍ਰਿਸਚਨ ਕਹਿੰਦੇ ਨੇ, ਜਦੋਂ ਉਹ ਨਾਮ ਦੇ ਕ੍ਰਿਸਚਨ ਨਹੀਂ, ਸਹੀ ਤਰੀਕੇ ਦੇ ਨਾਲ ਉਹ ਪਰਮੇਸ਼ੁਰ ਨੂੰ ਗ੍ਰਹਿਣ ਕਰਦੇ ਅਤੇ ਪ੍ਰਭੂ ਦੇ ਰਾਹਾਂ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦੇ, ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਕਿਉਂਕਿ ਫਿਰ ਤੁਸੀਂ ਇੱਕ ਪ੍ਰੋਸੈਸਿੰਗ 'ਚ ਉੱਪਰ ਨੂੰ ਜਾ ਰਹੇ ਹੋ। ਉੱਪਰ ਨੂੰ ਜਾਣਾ ਜਦੋਂ ਤੁਸੀਂ ਚਾਲੂ ਕਰ ਦਿੱਤਾ, ਸ਼ੁਰੂ ਕਰ ਦਿੱਤਾ, ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਪੈਣਾ। ਜਦੋਂ ਤੁਸੀਂ ਆਰਾਮ ਦੇ ਨਾਲ ਇੱਕ ਜਗ੍ਹਾ ਦੇ ਉੱਤੇ ਬੈਠੇ ਹੋਏ ਹੋ, ਜਾਂ ਤੁਸੀਂ ਨੀਚੇ ਨੂੰ ਆ ਰਹੇ ਹੋ, ਤੁਹਾਨੂੰ ਆਪਣੀ ਲਾਈਫ ਦੇ ਵਿੱਚ ਜ਼ਿਆਦਾ ਮੁਸ਼ਕਲ ਨਹੀਂ ਹੋਏਗੀ, ਤੁਸੀਂ ਬੜਾ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰੋਗੇ। ਪਰ ਜਿੱਦਾਂ ਹੀ ਤੁਸੀਂ ਉੱਪਰ ਨੂੰ ਜਾਣਾ ਸ਼ੁਰੂ ਕਰੋਗੇ, ਉਸੇ ਵੇਲੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਵੀ ਆਉਣਗੀਆਂ। ਦੇਖੋ ਜੇ ਅਸੀਂ ਦੇਖੀਏ ਤਾਂ ਦੁਨਿਆਵੀ ਤੌਰ 'ਤੇ ਸਾਨੂੰ ਆਪਣਾ ਕੈਰੈਕਟਰ ਬਣਾਉਣ ਦੇ ਲਈ ਕਿੰਨਾ ਸਮਾਂ ਲੱਗ ਜਾਂਦਾ ਹੈ, ਆਪਣਾ ਕੈਰੀਅਰ ਬਣਾਉਣ ਦੇ ਲਈ ਕਿੰਨਾ ਸਮਾਂ ਲੱਗ ਜਾਂਦਾ ਹੈ। ਤੋ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਸਾਨੂੰ ਆਪਣੇ ਆਪ 'ਤੇ ਕੰਟਰੋਲ ਕਰਨਾ ਪੈਂਦਾ ਹੈ, ਆਪਣੇ ਮੂੰਹ 'ਤੇ ਕੰਟਰੋਲ ਕਰਨਾ ਪੈਂਦਾ, ਆਪਣੇ ਚਾਲ ਚੱਲਣ 'ਤੇ, ਆਪਣੇ ਸੁਣਨ 'ਤੇ, ਆਪਣੇ ਬੋਲਣ 'ਤੇ ਕੰਟਰੋਲ ਕਰਨਾ ਪੈਂਦਾ ਹੈ, ਕਿੱਥੇ ਬੈਠਣਾ ਕਿੱਥੇ ਨਹੀਂ ਬੈਠਣਾ, ਸਾਰੀਆਂ ਚੀਜ਼ਾਂ। ਪਰ ਕਰੈਕਟਰ ਨੂੰ ਖਤਮ ਕਰਨ ਦੇ ਲਈ ਕੁਛ ਸੈਕਿੰਡ ਦੀ ਜ਼ਰੂਰਤ ਹੈ। ਅਗਰ ਅਸੀਂ ਕੁਛ ਵੀ ਗਲਤ ਕਰਾਂਗੇ, ਕੁਛ ਗਲਤ ਹਰਕਤ ਕਰਾਂਗੇ, ਤਾਂ ਸਾਰੇ ਲੋਕ ਉਸ ਚੀਜ਼ ਨੂੰ ਨੋਟਿਸ ਕਰਦੇ ਨੇ। ਸਾਡੀਆਂ ਚੰਗੀਆਂ ਗੱਲਾਂ ਨੂੰ ਜ਼ਿਆਦਾ ਲੋਕ ਨੋਟਿਸ ਨਹੀਂ ਕਰਦੇ, ਪਰ ਜਦੋਂ ਤੁਸੀਂ ਕੁਛ ਮਾੜਾ ਕਰੋਗੇ ਤਾਂ ਉਹ ਜ਼ਿਆਦਾ ਲੋਕ ਨੋਟਿਸ ਕਰਦੇ ਨੇ। ਤਾਂ ਆਪਣਾ ਕਰੈਕਟਰ ਗਵਾਉਣ ਦੇ ਲਈ ਤੁਹਾਨੂੰ ਕੁਛ ਸੈਕਿੰਡ ਦੀ ਜ਼ਰੂਰਤ ਹੈ, ਪਰ ਬਣਾਉਣ ਦੇ ਲਈ, ਆਪਣਾ ਕੈਰੀਅਰ ਬਣਾਉਣ ਦੇ ਲਈ ਤੁਹਾਨੂੰ ਸਮਾਂ ਚਾਹੀਦਾ, ਵਕਤ ਚਾਹੀਦਾ। ਇਸ ਲਈ ਅੱਜ ਕਠਿਨਾਈ ਦਾ ਸਮਾਂ ਹੋ ਸਕਦਾ ਹੈ, ਅੱਜ ਮੁਸ਼ਕਲ ਦਾ ਸਮਾਂ ਹੋ ਸਕਦਾ ਹੈ, ਪਰ
ਜਿਸ ਤਰ੍ਹਾਂ ਅਸੀਂ ਪ੍ਰਭੂ ਦੇ ਵਿੱਚ ਅੱਗੇ ਵਧਾਂਗੇ ਅਤੇ ਪਰਮੇਸ਼ਰ ਸਾਡੇ ਜੀਵਨ ਵਿੱਚ ਬਰਕਤ ਦੇਣਗੇ। ਔਰ ਅਫਸੀਆਂ ਦੀ ਪੱਤਰੀ ਉਸਦਾ 4 ਅਧਿਆਏ ਔਰ ਉਹਦੀ 8 ਹੈਦ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਬਾਰੇ ਇਹ ਵਚਨ ਲਿਖੇ ਹੋਏ ਨੇ। ਇਸ ਲਈ ਉਹ ਆਖਦਾ ਹੈ, ਜਾਂ ਉਹ ਉਤਾਂਹ ਨੂੰ ਚੜਿਆ ਤਾਂ ਉਹਨ ਬੰਧਨ ਨੂੰ ਬੰਨ ਲਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ। ਹੁਣ ਇਸ ਗੱਲ ਦਾ ਵੀ ਉਹ ਚੜਿਆ ਹੈ, ਇਸ ਤੋਂ ਬਿਨਾਂ ਹੋਰ ਕੀ ਭਾਵ ਹੈ ਜੋ ਉਸਨੇ ਧਰਤੀ ਦੇ ਹੇਠਲੀਆਂ ਥਾਵਾਂ ਵਿੱਚ ਉਤਰਿਆ ਵੀ। ਜਿਹੜਾ ਉਤਰਿਆ ਉਹ ਸਾਰੇ ਆਕਾਸ਼ਾਂ ਉੱਤੇ ਉਤਾਂਹ ਚੜਿਆ ਵੀ ਭਈ ਸਭੋ ਕੁਝ ਭਰਪੂਰ ਕਰੇ। ਤੋ ਸਾਰਾ ਕੁਝ ਭਰਪੂਰ ਕਰਨ ਦੇ ਲਈ, ਬੰਧਨ ਤੋੜਨ ਦੇ ਲਈ, ਮਨੁੱਖਾਂ ਨੂੰ ਦਾਨ ਦੇਣ ਦੇ ਲਈ ਪ੍ਰਭੂ ਯਿਸੂ ਮਸੀਹ ਵੀ ਉੱਪਰ ਨੂੰ ਚੜੇ। ਉਹਨੇ ਮੌਤ ਸ਼ੈਤਾਨ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਔਰ ਜ਼ਿੰਦਾ ਅਸਮਾਨ ਨੂੰ ਗਏ। ਬੰਧਨ ਤੋੜਨ ਦੇ ਲਈ, ਮਨੁੱਖਾਂ ਨੂੰ ਦਾਨ ਦੇ ਲਈ ਦੇਣ ਦੇ ਲਈ, ਔਰ ਪਰਮੇਸ਼ਰ ਪਿਤਾ ਨੇ ਜਿਹੜਾ ਕੰਮ ਸੌਂਪਿਆ ਸੀ ਉਹਨੂੰ ਸੰਪੂਰਨ ਕਰਨ ਦੇ ਲਈ। ਤੋ ਇਸ ਲਈ ਅਸੀਂ ਵੀ ਪ੍ਰਭੂ ਯਿਸੂ ਮਸੀਹ ਦੀ ਪੈੜ 'ਤੇ ਚੱਲਣਾ। ਔਰ ਜਦ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ, ਜੋ ਵਚਨ ਮੈਂ ਤੁਹਾਡੇ ਨਾਲ ਬੋਲ ਰਿਹਾ ਸੀ ਮੱਤੀ ਦੀ ਅੰਜੀਲ ਦੇ ਵਿੱਚੋਂ, ਜਦ ਅਸੀਂ ਪੜ੍ਹਦੇ ਹਾਂ ਉਹਦਾ 5 ਅਧਿਆਏ, ਤੋ ਉੱਥੇ ਪ੍ਰਭੂ ਦੇ ਵਚਨ ਦੇ ਵਿੱਚ ਜਿਹੜਾ ਵਚਨ ਲਿਖਿਆ ਹੋਇਆ ਕਿ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਗੁੱਜਾ ਨਹੀਂ ਰਹਿ ਸਕਦਾ। ਪਹਾੜ ਉੱਚਾ ਹੁੰਦਾ, ਪਰਮੇਸ਼ੁਰ ਸਾਨੂੰ ਉੱਚਾ ਕਰਨਾ ਚਾਹੁੰਦੇ ਨੇ, ਉਤਾਂਹ ਲੈ ਕੇ ਜਾਣਾ ਚਾਹੁੰਦੇ ਨੇ। ਔਰ ਲਿਖਿਆ ਹੈ, ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਸ਼ੁਭ ਕਰਮਾਂ ਨੂੰ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰ। ਤੋ ਇਹ ਚਾਨਣ ਕੀ ਹੈ? ਦੇਖੋ, ਰੋਸ਼ਨੀ ਜਿਹੜੀ ਆ ਹਮੇਸ਼ਾ ਉੱਪਰ ਲਗਾਈ ਜਾਂਦੀ ਹੈ, ਲਾਈਟ ਨੂੰ ਉੱਪਰ ਲਗਾਇਆ ਜਾਂਦਾ ਤਾਂ ਕਿ ਸਾਰੇ ਵਿਹੜੇ ਵਿੱਚ ਰੋਸ਼ਨੀ ਹੋਵੇ, ਤਾਂ ਕਿ ਸਾਰੇ ਮੈਦਾਨ ਦੇ ਵਿੱਚ ਰੋਸ਼ਨੀ ਹੋਵੇ। ਅਸੀਂ ਦੇਖਦੇ ਹਾਂ ਸਟਰੀਟ ਲਾਈਟਾਂ ਜਿਹੜੀਆਂ ਨੇ ਉੱਪਰ ਲਗਾਈਆਂ ਜਾਂਦੀਆਂ ਨੇ, ਔਰ ਦੇਖੋ ਸੂਰਜ ਚੰਦ ਸਿਤਾਰੇ ਜੋ ਵੀ ਨੇ ਉਹ ਉੱਪਰ ਨੇ, ਔਰ ਜਦੋਂ ਉਹ ਉੱਪਰੋਂ ਚਮਕਦੇ ਨੇ ਤਾਂ ਹਰ ਜਗ੍ਹਾ ਦੇ ਉੱਤੇ ਰੋਸ਼ਨੀ ਹੁੰਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਸਾਨੂੰ ਉੱਚਾ ਕਰਨਾ ਚਾਹੁੰਦਾ, ਅਤੇ ਇਹ ਲਾਈਟ ਕੀ ਹੈ, ਰੋਸ਼ਨੀ ਕੀ ਹੈ? ਇਹ ਜੋ ਪਹਾੜੀ ਉਪਦੇਸ਼ ਮੱਤੀ ਦੀ ਅੰਜੀਲ ਉਸੇ 5 ਅਧਿਆਏ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਇਹ ਵਚਨ ਬੋਲੇ ਨੇ, ਦਿਲ ਦੇ ਗਰੀਬ ਬਣਨਾ। ਔਰ ਲਿਖਿਆ, ਤੁਹਾਨੂੰ ਜਿਹੜੇ ਸੋ ਕਰਦੇ ਹਨ ਕਿਉਂ ਜੋ ਸ਼ਾਂਤ ਕੀਤੇ ਜਾਣਗੇ। ਤੋ ਜਿਹੜੀ ਗੱਲ ਮੈਂ ਕਰ ਰਿਹਾ ਸੀ, ਅੱਜ ਪਰੇਸ਼ਾਨੀ ਆ ਪਰ ਕੱਲ੍ਹ ਉਹ ਸ਼ਾਂਤੀ ਪਰਮੇਸ਼ਰ ਦੇ ਕੋਲੋਂ ਸਾਨੂੰ ਮਿਲੇਗੀ। ਔਰ ਲਿਖਿਆ, ਧਰਮ ਦੇ ਭੁੱਖੇ ਅਤੇ ਧਿਆਏ, ਦਿਆਵਾਨ, ਸ਼ੁੱਧ ਮਨ, ਫਿਰ ਮੇਲ ਕਰਾਉਣ ਵਾਲੇ, ਫਿਰ ਜਿਹੜੇ ਸਤਾਏ ਜਾਂਦੇ ਨੇ, ਉਹ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਇੱਕ ਰੋਸ਼ਨੀ ਨੇ ਸਾਡੇ ਜੀਵਨ ਵਿੱਚ, ਔਰ ਜੋ ਸਾਨੂੰ ਉੱਪਰ ਲੈ ਕੇ ਜਾ ਰਹੀਆਂ ਨੇ ਉੱਪਰ। ਜਿੱਦਾਂ ਜਿੱਦਾਂ ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ ਵਿੱਚ ਆਉਂਦੀਆਂ ਜਾਣਗੀਆਂ, ਅਸੀਂ ਹੋਰ ਉੱਪਰ ਜਾਈ ਜਾਵਾਂਗੇ। ਔਰ ਪਰਮੇਸ਼ਰ ਸਾਨੂੰ ਇਸ ਧਰਤੀ ਦੇ ਉੱਤੇ ਵੀ ਆਸ਼ਿਸ਼ ਦੇਵੇਗਾ, ਬਰਕਤ ਦੇਵੇਗਾ। ਪ੍ਰਭੂ ਨੇ ਆਖਿਆ, ਪ੍ਰਭੂ ਦੀ ਬਾਣੀ ਵਿੱਚ ਲਿਖਿਆ ਕਿ ਮੈਂ ਤੇਰੇ ਵੈਦੀਆਂ ਦੇ ਸਾਹਮਣੇ ਤੇਰੀ ਮੇਜ਼ ਲਗਾਵਾਂਗਾ। ਹੋ ਸਕਦਾ ਅੱਜ ਲੋਕ ਜਿਹੜੇ ਤੁਹਾਡੇ ਨਾਲ ਵੈਰ ਰੱਖਦੇ ਨੇ, ਤੁਹਾਨੂੰ ਬੁਰਾ ਸਮਝਦੇ ਨੇ, ਇੱਕ ਦਿਨ ਉਹੀ ਤੁਹਾਡੀ ਇੱਜ਼ਤ ਨੂੰ, ਤੁਹਾਡੀ ਗਲੋਰੀ ਨੂੰ ਦੇਖਣਗੇ, ਤੁਹਾਡੀ ਮਹਿਮਾ ਨੂੰ ਦੇਖਣਗੇ। ਔਰ ਪਰਮੇਸ਼ਰ ਸਾਡੇ ਜੀਵਨ ਵਿੱਚ ਇਹੀ ਚਾਹੁੰਦਾ, ਅਸੀਂ ਹੇਠਾਂ ਨੂੰ ਨਾ ਆਈਏ, ਅਸੀਂ ਉੱਪਰ ਨੂੰ ਜਾਈਏ, ਔਰ ਆਪਣੇ ਜੀਵਨ ਦੇ ਵਿੱਚ
ਅੱਗੇ ਨੂੰ ਵਧੀਏ ਔਰ ਪਰਮੇਸ਼ੁਰ ਦੀ ਬਾਣੀ ਦੇ ਅਨੁਸਾਰ ਚੱਲੀਏ। ਪ੍ਰਭੂ ਆਪ ਸਾਰਿਆਂ ਨੂੰ ਬੜੀ ਬਰਕਤ ਦੇਣਗੇ। ਮੈਂ ਆਪ ਸਭ ਨਾਲ ਲਈ ਦੁਆ ਕਰਨਾ ਚਾਹੁੰਦਾ। ਛੋਟੇ ਪਿਆਰੇ ਪ੍ਰਭੂ, ਇਹਨਾਂ ਵਚਨਾਂ ਦੇ ਲਈ ਜੋ ਅਸੀਂ ਸਿੱਖਿਆ ਹੈ, ਇਹ ਵਚਨ ਦੇ ਜੀਵਨ ਵਿੱਚ ਬਹੁਤ ਸਾਰੀ ਬਰਕਤ ਆਸ਼ੀਸ਼ ਲੈ ਕੇ ਆਉਣ। ਔਰ ਪ੍ਰਭੂ ਅੱਜ ਬਹੁਤ ਸਾਰੇ ਲੋਕ ਜੋ ਹੇਠਾਂ ਨੂੰ ਜਾ ਰਹੇ ਨੇ, ਹਰ ਲਿਆ ਨਸ਼ੇ ਛੱਡ ਕੇ ਫਿਰ ਨਸ਼ਿਆਂ ਦੇ ਵਿੱਚ ਜਾ ਰਹੇ ਨੇ, ਆਪਣੇ ਵਿਚਾਰ ਛੱਡ ਕੇ ਫਿਰ ਵਿਚਾਰ ਦੇ ਵਿੱਚ ਜਾ ਰਹੇ ਨੇ, ਆਪਣੇ ਸਾਰੇ ਗਲਤ ਕੰਮ ਛੱਡ ਕੇ ਫਿਰ ਉਹਨਾਂ ਵਿੱਚ ਜਾ ਰਹੇ ਨੇ, ਨੀਚੇ ਨੂੰ ਆ ਰਹੇ ਨੇ। ਆਪਦਾ ਸੰਦੇਸ਼ ਸੁਣ ਕੇ ਪ੍ਰਭੂ ਉਹਨਾਂ ਦੇ ਜੀਵਨ ਬਦਲ ਜਾਣ ਔਰ ਫਿਰ ਤੋਂ ਇੱਕ ਨਵਾਂ ਜੀਵਨ ਤੁਹਾਡੇ ਨਾਲ ਸ਼ੁਰੂ ਕਰਨ ਔਰ ਖੁਦਾ ਨੂੰ ਤੁਹਾਡੇ ਵੱਲ ਵੱਧਦੇ ਜਾਣ। ਧੰਨਵਾਦ, ਤੁਸੀਂ ਸਾਡੀ ਦੁਆ ਨੂੰ ਸੁਣਿਆ। ਪ੍ਰਾਰਥਨਾ ਯਿਸੂ ਮਸੀਹ ਦੇ ਵਸੀਲੇ ਮੰਗਦੇ, ਆਮੀਨ। ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ।